ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ Meet Academy ਦੇ ਉਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਤੁਹਾਨੂੰ ਪਤਾ ਹੈ ਲੋਕਡਾਊਨ ਜਿਹੜਾ ਕੁਝ-ਕੁਝ ਹਟਾ ਦਿੱਤਾ ਗਿਆ ਹੈ ਉਹਨਾਂ ਨੂੰ ਲੈ ਕੇ ਕੁਝ ਹਦਾਇਤਾਂ ਦਿੱਤੀਆਂ ਗਈਆਂ ਹਨ ਪੰਜਾਬ ਸਰਕਾਰ ਦੇ ਵੱਲੋਂ ਜੇਕਰ ਉਹਦਾ ਪਾਲਣਾ ਨਹੀਂ ਹੋਈ ਤਾਂ ਉਹਦੇ ਵਾਸਤੇ ਤੁਹਾਨੂੰ ਉਹਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਉਸ ਤੋਂ ਇਲਾਵਾ ਪੈਹੇ ਦੇਣ ਦੀ ਮੰਗ ਕੀਤੀ ਜਾ ਰਹੀ ਹੈ 7500 ਰੁਪਏ ਅਕਾਊਂਟਾਂ ਦੇ ਵਿੱਚ ਪਾਣ ਦੀ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਕਿ ਕਿਆ-ਕਿਆ ਅਪਡੇਟ ਆਏ ਹੋਏ ਹੈ ਲਗਭਗ 7-8 ਅਪਡੇਟ ਹੋਇਆ ਤੁਹਾਨੂੰ ਬਰੀਫ ਦੇ ਵਿੱਚ ਮੈਂ ਇਸ ਵੀਡੀਓ ਚ ਦੱਸਾਂਗੀ ਸਾਰੇ ਤੁਹਾਡੇ ਕੰਮ ਦੇ ਹੀ ਐ ਕਿਤੇ ਨਾ ਕਿਤੇ ਤੁਹਾਡੇ ਕੰਮ ਆਣਗੇ ਠੀਕ ਐ ਸੋ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਔਰ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਇਸੇ ਤਰ੍ਹਾਂ ਤੁਸੀਂ ਚਾਹਦੇ ਹੋ ਪੰਜਾਬ ਸਟੇਟ ਦੀ ਹਰ ਨਿਊਜ਼ ਦੀ ਜਾਣਕਾਰੀ ਐਜੂਕੇਸ਼ਨ ਨਾਲ ਰਿਲੇਟਡ ਕੋਈ ਵੀ ਜਾਣਕਾਰੀ ਨੌਕਰੀਆਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਕਾਫੀ ਸਾਰੇ ਕੈਂਡੀਡੇਟਸ ਸੇ ਕਮੈਂਟਸ ਆ ਰਹੇ ਕਿ ਸਾਨੂੰ ਜੌਬਸ ਨਹੀਂ ਦੱਸ ਰਹੇ ਜੌਬਸ ਹਜੇ ਆ ਨਹੀਂ ਰਹੀਆਂ ਇੱਕ ਦੋ ਦਿਨ ਦੇ ਵਿੱਚ ਨੋਟੀਫਿਕੇਸ਼ਨ ਆਣਦੇ ਪੂਰੇ ਪੂਰੇ ਚਾਂਸਿਸ ਹੈਗੇ ਆ ਹੁਣ ਵੈਕੈਂਸੀਸ ਤੁਹਾਨੂੰ ਪਤਾ ਆਣੀਆਂ ਹੀ ਆ ਉਹ ਵੀ ਤੁਹਾਨੂੰ ਡ ਦੇ ਵਿੱਚ ਤਾਂ ਸਾਂਗੇ ਠੀਕ ਹੈ ਸੋ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਇਸੇ ਤਰ੍ਹਾਂ ਤੁਸੀਂ ਚਾਹਦੇ ਹੋ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਵੇ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਇਹਦੇ ਨਾਲ ਤੁਹਾਨੂੰ ਫ੍ਰੀ ਦੇ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ ਬਾਕੀ ਕਿਸੇ ਵੀ ਜੋਬ ਦੀ ਤਿਆਰੀ ਤੁਸੀਂ ਕਰਦੇ ਪਿਓ ਸਟੱਡੀ ਮਟੀਰੀਅਲ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਡਾਊਨਲੋਡ ਕਰ ਸਕਦੇ ਆ ਚਲੋ ਹੁਣ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲੀ ਨਿਊਜ਼ ਤੇ ਅਸੀਂ ਆ ਚੁੱਕੇ ਹਾਂ ਪੂਰਾ ਅਪਡੇਟ ਤੁਹਾਨੂੰ ਦੱਸਾਂਗੇ ਕੀ ਕੀ ਆਏ ਸਭ ਤੋਂ ਪਹਿਲਾਂ ਦੇਖੋ ਇਸ ਚੈਨਲ ਤੇ ਯਾਨੀ ਕਿ ਤੁਸੀਂ ਮਿੱਤ ਅਕੈਡਮੀ ਤੇ ਵੀਡੀਓ ਦੇਖ ਰਹੇ ਆ ਇਸ ਦੇ ਹੋਮ ਪੇਜ ਤੇ ਜਾਓਗੇ ਉੱਥੇ ਇੱਕ ਚੈਨਲ ਹੈ ਟੈਕਨੀਕਲ ਗਵਰਨਮੈਂਟ ਜੌਬ 올ਓਵਰ ਇੰਡੀਆ ਉੱਥੇ ਵੈਕੈਂਸੀ ਜਿਹੜੀਆਂ ਸੈਂਟਰਲ ਗਵਰਨਮੈਂਟ ਦੇ ਇਸ ਟਾਈਮ ਆ ਰਹੀਆਂ ਆ ਔਰ ਪੰਜਾਬ ਸਟੇਟ ਦੇ ਕ੍ਰੈਸ਼ ਕੋਰਸਿਸ ਫ੍ਰੀ ਦੇ ਵਿੱਚ ਸ਼ੁਰੂ ਹੋ ਚੁੱਕੇ ਆ ਉਸ ਚੈਨਲ ਨੂੰ ਪਹਿਲਾਂ ਵੀਡੀਓ ਪਾਉਜ਼ ਕਰਕੇ ਜਲਦੀ ਸਬਸਕ੍ਰਾਈਬ ਕਰਕੇ ਆ ਜਾਓ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਠੀਕ ਹੈ ਆਪਾਂ ਹੁਣ ਗੱਲ ਕਰਦੇ ਆ ਪੰਜਾਬ ਦੇ ਵਿੱਚ ਅਨਲੌਕ 1 ਜਿਹੜਾ ਲਾਗੂ ਹੋ ਚੁੱਕਾ ਹੈ ਕੇਂਦਰ ਦੀ ਤਰਸ ਤੇ ਨਵੇਂ ਨਿਯਮ ਜ ਕਿੜੀ ਕਿੜੀ ਨਵੀਂ ਹਿਦਾਇਤਾਂ ਆਈਆਂ ਆ ਲਗਭਗ 7 8 ਨਵੇਂ ਫੈਸਲੇ ਇਹ ਦੇ ਰਿਗਾਰਡਿੰਗ ਆ ਔਰ ਜਿਹੜੇ ਪੈਸੇ ਪਾਣ ਦੀ ਗੱਲ ਕੀਤੀ ਜਾ ਰਹੀ ਉਹ ਵੀ ਤੁਹਾਨੂੰ ਦੱਸਾਂਗੇ ਠੀਕ ਹੈ ਤਾਜ਼ਾ ਹਿਦਾਇਤਾਂ ਮੁਤਾਬਕ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਮਤਲਬ ਰਾਤ ਨੂੰ 9 ਔਰ ਸਵੇਰੇ 5 ਵਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਢਿੱਲ ਜਿਹੜੀ ਆ ਨਹੀਂ ਦਿੱਤੀ ਗਈ 커퍼퓨 ਜਿਹੜਾ ਹੈ ਉਹ ਰਵੇਗਾ ਯਾਨੀ ਕਿ ਆਉਣ ਜਾਣ ਤੇ ਕੋਈ ਵੀ ਮਨਾਹੀ ਨਹੀਂ ਹੈ ਕੰਟੇਨਮੈਂਟ ਜਾਨ ਦੇ ਵਿੱਚ ਹੈਗਾ ਪਾਬੰਦੀਆਂ ਉਹ ਜਾਰੀ ਰਹਿਣਗੀਆਂ ਆਉਣ ਵਾਲੀ 8 ਜੂਨ ਤੋਂ ਜਿਹੜਿਆ ਸ਼ਾਪਿੰਗ ਮਾਲ ਧਾਰਮਿਕ ਸਥਾਨ ਅਤੇ ਰੈਸਟੋਰੈਂਟ ਜਿਹੜਿਆ ਉਹ ਪੂਰੀ ਤਰ੍ਹਾਂ ਖੋਲਣ ਦੇ ਜਿਹੜੇ ਨਿਰਦੇਸ਼ ਉਹ ਵੀ ਦੇ ਦਿੱਤੇ ਗਏ ਆ ਜਿਹੜੇ ਕਿ 6 ਵਜੇ ਤੱਕ ਦੁਕਾਨਾਂ ਉਹਨਾਂ ਨੇ ਖੋਲਣ ਦੇ ਦੇਸ਼ ਤੇ ਉਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਜਿਹਨਾਂ ਨੇ ਕਿਹਾ ਹੈ ਕਿ ਸਵੇਰੇ 8 ਤੋਂ 8 ਵਜੇ ਤੱਕ ਜਿਹੜੇ ਆ ਉਹ ਖੁੱਲਣਗੇ ਠੀਕ ਹੈ ਬਾਜ਼ਾਰ ਮਾਰਕੀਟ ਕੰਪਲੈਕਸ ਤੇ ਰੇੜੀ ਮਾਰਕੀਟ ਦੇ ਵਿੱਚ ਪੀੜ ਨੂੰ ਰੋਕਣ ਵਾਸਤੇ ਜਿਹੜਾ ਸਮਾਂ ਤੈਅ ਕਰਨ ਦੇ ਲਈ ਕਿ ਆ ਗਿਆ ਹੈ ਜਿਹੜੇ ਵੀ ਸਿਟੀ ਦੇ ਤੁਸੀਂ ਹੈਗੇ ਹੋ ਉਹਨਾਂ ਦੇ ਡੀਸੀ ਡੀਸੀ ਜਿਹੜੇ ਆ ਡਿਪਟੀ ਕਮਿਸ਼ਨਰ ਆ ਉਹਨਾਂ ਨੂੰ ਇਹਦੇ ਅਧਿਕਾਰ ਦਿੱਤੇ ਗਏ ਆ ਉਸ ਤੋਂ ਇਲਾਵਾ ਇਹ ਦੇਖੋ ਇਹਨਾਂ ਨੇ ਕਿਹਾ ਨਿਰਧਾਰਿਤ ਸੰਚਾਲਨ ਵਿਧੀ ਦੇ ਤ下 ਨਿਰਦੇਸ਼ ਦੇ ਦਿੱਤੇ ਗਏ ਹਨ ਨੋਨ ਕਨਟੇਨਮੈਂਟ ਜ਼ੋਨ ਦੇ ਵਿੱਚ ਸ਼ਰਾਬ ਦੇ ਠੇਕੇ ਨਾਈ ਦੀਆਂ ਦੁਕਾਨਾਂ ਬਿਊਟੀ ਪਾਰਲਰ ਔਰ ਇਸ ਪਾ ਆਦੀ ਦੀਏ ਦੁਕਾਨਾਂ ਖੋਲਣ ਦਾ ਐਲਾਨ ਕੀਤਾ ਗਿਆ ਹੈ ਔਰ ਇਹਨਾਂ ਨੂੰ ਸਿਹਤ ਵਿਭਾਗ ਦੇ ਨਿਰਦੇਸ਼ ਜਿਹੜੇ ਆ ਉਹਨਾਂ ਦਾ ਪਾਲਣ ਕਰਨਾ ਪਵੇਗਾ ਠੀਕ ਹੈ ਇਸ ਤੋਂ ਇਲਾਵਾ ਜਿਹੜੀ ਗੱਲ ਆ ਰਹੀ ਹੈ ਸਾਹਮਣੇ ਉਹ ਇਹ ਆ ਰਹੀ ਹੈ ਕਿ ਆਉਣ ਵਾਲੇ 6 ਮਹੀਨਿਆਂ ਦੇ ਅੰਦਰ ਵਿੱਚ ਜਿਹੜੇ 6 ਮਹੀਨੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ ਇਹਨਾਂ ਨੇ ਆਪਣੀ ਮੰਗ ਰੱਖੀ ਹੈ ਰਾਹੁਲ ਗਾਂਧੀ ਜੀ ਨੇ ਜੀ ਕੇ ਸੈਂਟਰਲ ਗਵਰਨਮੈਂਟ ਨੂੰ ਇਹ ਮੰਗ ਰੱਖਿਆ ਕਿ ਸਾਰੇ ਸਟੇਟਸ ਦੇ ਵਿੱਚ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਗਰੀਬਾਂ ਦੇ ਔਰ ਮਜ਼ਦੂਰਾਂ ਦੇ ਖਾਤਿਆਂ ਦੇ ਵਿੱਚ 7500 ਰੁਪਏ ਜਿਹੜੇ ਆ ਪਾਈ ਜਾਣ ਉਹਨਾਂ ਨੇ ਫਿਰ ਤੋਂ ਇਹ ਅਪੀਲ ਕੀਤੀ ਹੈ ਟਵੀਟ ਤੁਸੀਂ ਦੇਖ ਸਕਦੇ ਜੇਣਾ ਦਾ ਜਾ ਕੇ ਇਹਨਾਂ ਦੇ ਆਫੀਸ਼ੀਅਲ ਅਕਾਊਂਟ ਦੇ ਉੱਤੇ ਇਹਦਾ ਹਜੇ ਡਿਸੀਜਨ ਆਣਾ ਪੈਂਡਿੰਗ ਹੈ ਜਿੱਦਾਂ ਆਏਗਾ ਤੁਹਾਨੂੰ ਦੱਸਾਂਗੇ ਟੈਕਨੀਕਲ ਗਵਰਨਮੈਂਟ ਜੌਬ 올ਓਵਰ ਇੰਡੀਆ ਚੈਨਲ ਹੋਮ ਪੇਜ ਤੇ ਜਾ ਕੇ ਜਰੂਰ ਸਬਸਕ੍ਰਾਈਬ ਕਰਿਓ ਜਲਦੀ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ